ਕੱਲ 12:52 ਤੇ ਫੋਨ ਆਇਆ। ਮੈਂ ਤਾਂ ਆਪ ਜਾ ਕੇ ਸੀ ਪਿੰਡਾਂ ਚ, ਤਾਂ ਕਹਿੰਦੇ MLA ਸਾਹਿਬ ਬੋਲਦੇ, ਮੈਂ ਕਿਹਾ ਜੀ ਬੋਲ ਰਿਹਾ। ਕਹਿੰਦੇ ਮੈਂ ਸੇਵਕ ਸਿੰਘ ਬੋਲ ਰਿਹਾ। ਮੈਂ ਕਿਹਾ ਜੀ ਬੋਲੋ। ਕਹਿੰਦਾ ਤੁਹਾਡੇ ਲਈ ਇੱਕ ਆਫਰ ਹੈ BJP ਤੋਂ। ਮੈਂ ਕਿਹਾ ਜੀ ਦੱਸੋ। ਕਹਿੰਦਾ ਤੁਸੀਂ ਆਪਦੀ ਪਾਰਟੀ ਛੱਡ ਦਿਓ ਅਤੇ 20-25 ਕਰੋੜ ਰੁਪਇਆ ਤੁਹਾਨੂੰ ਦਿਆਂਗੇ। ਮੈਂ ਕਿਹਾ ਜੀ ਤੁਹਾਨੂੰ ਗਲਤ ਫਹਿਮੀ ਹੋਊਗੀ, ਦੁਕਾਨ ਵਿਕਾਊ ਨਹੀਂ ਹੈ। ਸੋ ਇਸੇ ਤਰ੍ਹਾਂ ਇਹਨਾਂ ਨੇ ਉਹਨਾਂ ਦਾ ਕੰਮ ਸ਼ੁਰੂ ਕੀਤਾ। ਇਸੇ ਤਰ੍ਹਾਂ ਮੈਨੂੰ ਲੱਗਦਾ ਜੋ ਅੱਜ ਅਸੀਂ ਵੇਖਣ ਨੂੰ ਮਿਲਿਆ ਰਿੰਕੂ ਅਤੇ ਸ਼ੀਤਲ ਵਾਲਾ ਕੰਮ ਹੋਇਆ, ਉਹ ਵੀ ਇਸੇ ਤਰ੍ਹਾਂ ਕੋਈ ਨਾ ਕੋਈ ਲਾਲਚ ਦਿੱਤਾ ਹੋਊਗਾ ਤਾਂ ਹੋਇਆ। ਡਾਕਟਰ ਸਾਹਿਬ ਤਾਂ ਪਹਿਲਾਂ ਆਪਦੀ ਪੀੜ੍ਹੀ ਥੱਲੇ ਸੋਟਾਂ ਮਾਰ ਲੈਣ। 100 ਸਾਲ ਜਿਹਨਾਂ ਨੇ ਤੁਹਾਡੇ ਪੈਰ ਲਾਏ ਔਰ ਤੁਸੀਂ ਮਿੰਟ ਲਾਇਆ ਛੱਡਣ ਲੱਗੇ, ਹਾਲੇ ਤੁਹਾਨੂੰ ਆਪਦੇ ਘਰ ਦਾ ਨਹੀਂ ਪਤਾ ਤੁਹਾਡੇ ਭਤੀਜੇ ਨੇ ਜਾਣਾ ਕਿੱਧਰ ਹੈ। ਨੂੰ ਕੋਈ ਸਲਾਹ ਦੇਣੀ ਚਾਹੋਗੇ ਤੁਹਾਡੇ ਸਾਥੀਆਂ ਨੂੰ? ਇਹਨਾਂ ਨੂੰ ਇੱਕੋ ਹੀ ਸਲਾਹ ਹੈ ਵੀ ਜਿੱਥੇ ਮਰਜ਼ੀ ਚਲੇ ਜਾਓ, ਅਲਟੀਮੇਟਲੀ ਤੁਹਾਨੂੰ ਆਉਣਾ ਗਰਾਊਂਡ 'ਤੇ ਹੀ ਪੈਣਾ। ਅਲਚੇ ਉਹ ਨੰਬਰ ਹੈ ਜੀ ਜਿਹੜਾ ਸਾਈਪ੍ਰਸ ਦਾ ਨੰਬਰ ਹੈ। ਕੱਲ੍ਹ 12:52 'ਤੇ ਫੋਨ ਆਇਆ। ਮੈਂ ਤਾਂ ਆਪਦੇ ਹਲਕੇ ਸੀ ਪਿੰਡਾਂ 'ਚ, ਤਾਂ ਕਹਿੰਦੇ MLA ਸਾਹਿਬ ਬੋਲਦੇ, ਮੈਂ ਕਿਹਾ ਜੀ ਬੋਲ ਰਿਹਾ। ਕਹਿੰਦਾ ਜੀ ਮੈਂ ਸੇਵਕ ਸਿੰਘ ਬੋਲ ਰਿਹਾ। ਮੈਂ ਕਿਹਾ ਜੀ ਬੋਲੋ। ਕਹਿੰਦਾ ਤੁਹਾਡੇ ਲਈ ਇੱਕ ਆਫਰ ਹੈ BJP ਤੋਂ। ਮੈਂ ਕਿਹਾ ਜੀ ਦੱਸੋ। ਕਹਿੰਦਾ ਤੁਸੀਂ ਆਪਦੀ ਪਾਰਟੀ ਛੱਡ ਦਿਓ ਅਤੇ 20-25 ਕਰੋੜ ਰੁਪਇਆ ਤੁਹਾਨੂੰ ਦਿਆਂਗੇ, ਬਾਕੀ ਤੁਸੀਂ ਹੋਰ ਜੋ ਚਾਹੀਦਾ ਉਹ ਦੱਸ ਦਿਓ। ਮੈਂ ਕਿਹਾ ਜੀ ਤੁਹਾਨੂੰ ਗਲਤ ਫਹਿਮੀ ਹੋਊਗੀ, ਦੁਕਾਨ ਵਿਕਾਊ ਨਹੀਂ ਹੈ, ਤੁਸੀਂ ਵੇਖੋ ਜੇ ਸਾਨੂੰ ਫੋਨ ਆਏ ਉਵੇਂ ਹੀ। ਮੈਨੂੰ ਤਾਂ ਪਤਾ ਨਹੀਂ ਸੀ ਕਿਸੇ ਹੋਰ ਨੂੰ ਵੀ ਫੋਨ ਆਇਆ, ਤਾਂ ਸ਼ਾਮ ਨੂੰ ਪਤਾ ਲੱਗਿਆ ਵੀ ਗੋਲਡੀ ਨੂੰ ਵੀ ਫੋਨ ਆਇਆ, ਮੈਡਮ ਸ਼ੀਨਾ ਨੂੰ ਵੀ ਫੋਨ ਆਇਆ। ਸੋ ਇਸੇ ਤਰ੍ਹਾਂ ਇਹਨਾਂ ਨੇ ਉਹਨਾਂ ਦਾ ਕੰਮ ਸ਼ੁਰੂ ਕੀਤਾ। ਇਸੇ ਤਰ੍ਹਾਂ ਮੈਨੂੰ ਲੱਗਦਾ ਜੋ ਅੱਜ ਅਸੀਂ ਵੇਖਣ ਨੂੰ ਮਿਲਿਆ ਰਿੰਕੂ ਅਤੇ ਸ਼ੀਤਲ ਵਾਲਾ ਕੰਮ ਹੋਇਆ, ਉਹ ਵੀ ਇਸੇ ਤਰ੍ਹਾਂ ਕੋਈ ਨਾ ਕੋਈ ਲਾਲਚ ਦਿੱਤਾ ਹੋਊਗਾ ਤਾਂ ਹੋਇਆ। ਅਦਰਵਾਈਜ਼ ਮੈਨੂੰ ਨਹੀਂ ਲੱਗਦਾ ਕੀ ਕਮੀ ਹੈ ਉਹਨਾਂ ਨੂੰ। ਨਹੀਂ ਪਰ ਜਿਹੜਾ ਫੋਨ ਤੁਹਾਨੂੰ ਤੇ ਮੈਡਮ ਸ਼ੀਨਾ ਔਰ ਗੋਲਡੀ ਮੁਸਾਫਰ ਵਿਧਾਇਕ, ਉਹਨਾਂ ਨੂੰ ਵੀ ਸੇਮ ਨੰਬਰ ਤੋਂ ਸੇਮ ਬੰਦੇ ਦਾ ਫੋਨ ਆਇਆ? ਉਹਨਾਂ ਨੂੰ ਅਲੱਗ ਅਲੱਗ ਨੰਬਰ, ਕਿਸੇ ਨੂੰ ਪੋਲੈਂਡ ਦੇ ਨੰਬਰ ਤੋਂ ਆਇਆ, ਕਿਸੇ ਨੂੰ ਜਰਮਨੀ ਦੇ ਨੰਬਰ ਤੋਂ ਆਇਆ। ਬੰਦਾ ਸੇਮ ਸੀ? ਬੰਦਾ ਆਈ ਡੋਂਟ ਨੋ ਉਹਨਾਂ ਨੂੰ ਕੀ ਨਾਮ ਤੇ ਹੈ, ਮੈਂ ਤਾਂ ਜਿਹੜਾ ਮੈਨੂੰ ਫੋਨ ਆ ਉਹ ਸੇਵਕ ਸਿੰਘ ਸੀ। ਅੱਛਾ, ਇਸ ਤੋਂ ਪਹਿਲਾਂ ਵੀ ਕਦੇ ਗੱਲਬਾਤ ਹੋਈ ਤੁਹਾਡੀ ਕਿਸੇ ਨਾਲ? ਵੈਸੇ BJP ਦੇ ਕਿਸੇ ਬੰਦੇ ਨਾਲ ਗੱਲਬਾਤ ਹੋਈ? ਨਹੀਂ, ਮੇਰੀ ਕਿਸੇ ਨਾਲ ਨਹੀਂ ਗੱਲੀ, ਮੈਨੂੰ ਪਹਿਲੀ ਵਾਰੀ ਕਾਲ ਆਇਆ। ਸੋ ਇਸੇ ਤਰ੍ਹਾਂ ਕੋਸ਼ਿਸ਼ਾਂ ਚਲਾ ਰਹੇ ਹੋਣੇ ਵੀ ਸ਼ਾਇਦ ਹੁਣ ਅਰਵਿੰਦ ਜੀ ਅੰਦਰ ਹੈ ਤਾਂ ਸ਼ਾਇਦ ਪਿੱਛੋਂ ਪਾਰਟੀ ਤੋੜਨ ਵਾਸਤੇ ਅਸੀਂ ਹੋਰ ਕੋਈ ਡਰਾਮਾ ਕਰ ਲਈਏ। ਪਰ ਮੈਂ ਸਮਝਦਾ ਵੀ ਜਿਹੜਾ ਆਪਦੀ ਪਾਰਟੀ ਨੂੰ ਅਤੇ ਆਪਦੇ ਪੰਜਾਬ ਨੂੰ ਪਿਆਰ ਕਰਦਾ ਉਹ ਸ਼ਾਇਦ ਮੈਨੂੰ ਲੱਗਦਾ ਨਹੀਂ ਪਾਰਟੀ ਨਾਲ ਗਦਾਰੀ ਕਰੂ। ਪਰ ਗੋਲਡੀ ਜੀ ਇਸ ਗੱਲ ਦੀ ਹੁਣ ਇਹਦਾ ਪੈਰਾਮੀਟਰ ਕੀ ਹੈ ਕਿ ਕਿਹੜਾ ਪੰਜਾਬ ਨੂੰ ਜਾਂ ਪਾਰਟੀ ਨੂੰ ਪਿਆਰ ਕਰਦਾ? ਇੱਥੇ ਤਾਂ ਰਵਨੀਤ ਸਿੰਘ ਬਿੱਟੂ ਦਾਦਾ, ਉਹਨਾਂ ਦਾ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ, ਔਰ ਤੁਸੀਂ ਵੱਡੇ ਵੱਡੇ ਚਿਹਰੇ ਸੱਜੇ ਖੱਬੇ ਚੋਂ ਨਿਗਾਹ ਮਾਰਦੇ ਹਨਾ, ਤੇ ਕਈ ਵਾਰੀ ਫੋਨ ਕਰਕੇ ਉਹ ਪੁੱਛਣਾ ਪੈਂਦਾ ਗੁਣੂ ਜੀ ਤੁਸੀਂ ਅੱਜ ਕਿਹੜੀ ਪਾਰਟੀ ਚੋਂ, ਇਸ ਤਰ੍ਹਾਂ ਦੇ ਹਾਲਾਤ ਪੈਦਾ ਹੋ ਗਏ? ਇੰਨੇ ਅਸੀਂ ਦਲ ਬਦਲਦੇ, ਅਸੀਂ ਰਿੰਕੂ ਚਲੇ ਗਏ ਨੇ, ਪਹਿਲਾਂ ਕਾਂਗਰਸ 'ਚ ਸੀ, ਫਿਰ ਆਮ ਆਦਮੀ ਪਾਰਟੀ, ਅੱਜ ਉਹ BJP 'ਚ ਗਏ ਨੇ, ਤਾਂ ਫਿਰ ਪੈਰਾਮੀਟਰ ਕੀ ਹੈ? ਤੁਸੀਂ ਕਹਿੰਦੇ ਹੋ ਕਿ ਜਿਹੜਾ ਪੰਜਾਬ ਤੇ ਪਾਰਟੀ ਨੂੰ, ਕੀ ਉਹ ਨਹੀਂ ਪੰਜਾਬ ਤੇ ਪਾਰਟੀ ਨੂੰ ਪਿਆਰ ਕਰਦੇ ਗੇ? ਫਿਰ ਉਹ ਤਾਂ ਜਦੋਂ ਆਗੂ ਜਾਂਦਾ ਉਦੋਂ ਉਹਨਾਂ ਦੀਆਂ ਨੀਤੀਆਂ ਦੀ ਗੱਲ ਹੁੰਦੀ ਹੈ। ਵੇਖੋ, 6 ਮਹੀਨੇ ਪਹਿਲਾਂ ਤੁਸੀਂ ਜਿਹਦੇ ਲਈ ਵੋਟ ਮੰਗੀ ਹੋਵੇ ਤਾਂ ਤੁਸੀਂ ਅੱਜ ਉਹਨਾਂ ਤੇ, ਮੈਂ ਉਹਨਾਂ ਦੀ PC ਸੁਣੀ, ਕਿਹਾ ਵੀ ਮੇਰੀ ਪਾਰਟੀ ਨੇ ਮੇਰੀ ਗੱਲ ਨਹੀਂ ਸੁਣੀ। ਤੁਸੀਂ ਘਰੇ ਹਾਰ ਕੇ ਬੈਠੇ ਸੀ, ਤੁਹਾਡੀ ਗੱਲ ਤੁਹਾਨੂੰ ਜੁਆਇਨ ਕਰਾਇਆ, ਲੋਕਾਂ ਨੇ ਮੈਂਬਰ ਪਾਰਲੀਮੈਂਟ ਬਣਾਇਆ ਝਾੜੂ ਦੇ ਚੋਣ ਨਿਸ਼ਾਨ ਤੇ। ਬੰਦੇ ਨੂੰ ਨਾ ਮੈਂ ਕਹਿਣਾ ਨਹੀਂ ਚਾਹੁੰਦਾ, ਮੈਂ ਉਹਨਾਂ ਨਾਲ ਬਹੁਤ ਇਕੱਠੇ ਅਸੀਂ ਕੰਮ ਕਰਿਆ, ਪਰ ਬੰਦੇ ਨੂੰ ਮੈਨੂੰ ਲੱਗਦਾ ਥੋੜ੍ਹੀ ਬਹੁਤ ਸ਼ਰਮ ਹੋਣੀ ਚਾਹੀਦੀ ਹੈ ਜਦੋਂ ਇਹਦੀ ਗੱਲ ਕਰਨੀ ਹੈ। BJP ਜਾਣਾ ਸੀ, ਜਾਓ, ਕੌਣ ਰੋਕਦਾ? ਪਰ ਜਵਾਬ ਤੁਹਾਨੂੰ ਲੋਕ, ਜਲੰਧਰ ਵਾਲੇ ਲੋਕ ਦੇਣਗੇ, ਮੈਂ ਤਾਂ ਨਹੀਂ ਦੇ ਸਕਦਾ, ਨਾ ਮੇਰੀ ਵੋਟ ਆ ਉੱਥੇ। BJP ਨੇ ਦਿੱਲੀ ਵੋਟਾਂ ਨਹੀਂ ਪਾਉਣੀਆਂ, ਵੋਟਾਂ ਤੁਹਾਨੂੰ ਜਲੰਧਰ ਤੋਂ ਹੀ ਪੈਣੀਆਂ। ਸੋ ਆਪਾਂ 2 ਮਹੀਨੇ ਚੁੱਪ ਰਹਾਂਗੇ, ਉਦੋਂ ਬਾਅਦ ਸਲੀਅਤ ਤੁਹਾਡੇ ਸਾਹਮਣੇ ਆਜੂਗੀ ਕੀ ਡਰ ਸੀ, ਕੀ ਲੋਟਸ ਹੋਇਆ। ਇਹਦੇ ਬਾਰੇ ਤਾਂ ਰਿੰਕੂ ਜੀ ਅਤੇ ਸ਼ੀਤਲ ਜੀ ਨਾਲ ਥੋੜ੍ਹਾ ਇੱਟ ਕੁੱਤ ਦਾ ਵੈਰ ਸੀ, ਇੱਕ ਦੂਜੇ ਨੂੰ ਵੇਖਦੇ ਨਹੀਂ ਸੀ, ਲੜਦੇ ਸੀ, ਤੁਸੀਂ ਇੱਕੋ ਕਮਲ ਦੇ ਟੇਬਲ ਦੇ ਉੱਤੇ ਬੈਠੇ। ਵੇਖ ਲਓ, ਇਹ ਹੈ ਹੁਣ BJP ਅੰਦਰੋਂ ਪਤਾ ਲੱਗ ਗਿਆ ਵੀ ਤੁਹਾਡੀ ਔਕਾਤ ਕੀ ਹੈ, ਕੁੱਕੜੀਆਂ ਤਰ੍ਹਾਂ ਬਿਠਾ ਦਿੰਦੇ ਉੱਥੇ ਲਿਜਾ ਕੇ।
ਉਹ ਅੱਜ ਤੁਹਾਡੇ ਸਾਹਮਣੇ ਹੋਇਆ, ਇਹੀ ਹੋਊਗਾ ਤੁਸੀਂ ਵੇਖੀ ਚੱਲੋ। ਨਹੀਂ ਪਰ ਉਹ ਸੁਸ਼ੀਲ ਰਿੰਕੂ ਤਾਂ ਕਹਿੰਦੇ ਆ ਕਿ ਮੈਂ ਆਮ ਆਦਮੀ ਪਾਰਟੀ ਚ ਤਾਂ ਗਿਆ ਸੀ ਕਿ ਸਰਕਾਰ ਹੈ ਪੰਜਾਬ ਦਾ ਭਲਾ ਹੋਊਗਾ। ਉਹ ਕਹਿੰਦੇ ਕਿ ਸਰਕਾਰ ਨੇ ਮੇਰੀ ਗੱਲ ਹੀ ਨਹੀਂ ਸੁਣੀ, ਮੇਰੀ ਪਿੱਠ ਤੇ ਥਾਪੀ ਨਹੀਂ ਮਾਰੀ, ਤੇ ਜਿਹੜੇ ਲੋਕਾਂ ਨਾਲ ਵਾਅਦੇ ਕੀਤੇ ਸੀ ਉਹਨਾਂ ਦੇ ਗੱਲਬਾਤ ਬਣੀ ਨਹੀਂ। ਕਹਿੰਦੇ ਜਿਹੜਾ ਮੈਨੂੰ ਲੱਗਦਾ ਸੀ ਵੀ ਐਂ ਕਰਕੇ ਜਲੰਧਰ ਦਾ ਫਾਇਦਾ ਹੋ ਜੂ, ਉਹਨਾਂ ਦੇ ਹੋਇਆ ਕੁਛ ਨਹੀਂ। ਕਹਿੰਦੇ ਮੈਂ ਤਾਂ ਛੱਡਤਾ ਤੇ ਹੁਣ ਉਹ ਕਹਿੰਦੇ ਮੈਨੂੰ ਉਮੀਦ ਹੈ ਵੀ ਬੀਜੇਪੀ ਕਰਵਾ ਦੂ। ਚਲੋ ਵੀ ਪਤਾ ਲੱਗ ਜੂਗਾ, ਗੱਲਾਂ ਕਰਨੀਆਂ ਬੜੀਆਂ ਸੌਖੀਆਂ। 2 ਸਾਲਾਂ 'ਚ ਜੋ ਇਤਿਹਾਸ ਦੇ ਵਿੱਚ ਕਦੇ ਜ਼ਿੰਦਗੀ 'ਚ ਕੰਮ ਨਹੀਂ ਹੋਏ ਉਹ ਪੰਜਾਬ ਦੇ ਲੋਕਾਂ ਲਈ ਕੰਮ ਹੋਇਆ। ਕਦੇ ਸੁਣਿਆ ਹੀ ਨਹੀਂ ਸੀ ਕਿਸੇ ਨੇ ਲੋਕਾਂ ਲਈ ਬਿਜਲੀ ਮਾਫ਼ ਹੋ ਜੂਗੀ, ਬੀਜੇਪੀ ਨੇ ਥੋੜ੍ਹੀ ਕਰੀ, ਆਮ ਆਦਮੀ ਪਾਰਟੀ ਨੇ ਕਰੀ। ਲੋਕਾਂ ਨੂੰ ਮੈਰਿਟ 'ਤੇ ਨੌਕਰੀਆਂ ਮਿਲ ਜਾਣਗੀਆਂ, ਬੀਜੇਪੀ ਨੇ ਥੋੜ੍ਹੀ ਕਰੀ, ਆਮ ਆਦਮੀ ਪਾਰਟੀ ਨੇ ਕਰੀਆਂ। ਅਸੀਂ ਤਾਂ ਟੇਲਾਂ 'ਤੇ ਰਹਿੰਦੇ ਹਾਂ, ਕਿਸਾਨੀ ਨਾਲ ਸੰਬੰਧਿਤ ਹਾਂ। ਪੰਜਾਬ ਦੇ ਵਿੱਚ ਇਤਿਹਾਸ ਹੈ ਮੇਰੇ ਹਲਕੇ 'ਚ ਜਿੱਥੇ ਐਡਾ ਵੱਡਾ ਮੁੱਖ ਮੰਤਰੀ ਰਿਹਾ ਹੋਵੇ, 30-30 ਸਾਲ ਟੇਲਾਂ 'ਤੇ ਪਾਣੀ ਨਹੀਂ ਗਿਆ, ਆਮ ਆਦਮੀ ਪਾਰਟੀ ਦੀ ਕਿਰਪਾ ਹੋਈ ਅਤੇ 2 ਮਹੀਨੇ 'ਚ ਟੇਲਾਂ 'ਤੇ ਪਾਣੀ ਲੈ ਕੇ ਗਏ। ਤੁਸੀਂ ਇੱਕ ਜਿਹੜਾ ਆਪਾਂ ਵਾਪਸ ਉੱਥੇ ਆਈਏ 25 ਕਰੋੜ ਵਾਲੇ ਮਸਲੇ 'ਤੇ, 25 ਕਰੋੜ ਦਾ ਤੁਸੀਂ ਕਿਹਾ ਕਿ ਮੈਨੂੰ ਲਾਲਚ ਆਇਆ। ਅੱਜ ਜਿਹੜੇ ਸ਼ੀਤਲ ਉਂਗਰਾਲ ਬੀਜੇਪੀ ਦੇ ਨਾਲ ਬੈਠੇ ਨੇ, ਕੁਝ ਮਹੀਨੇ ਪਹਿਲਾਂ ਜਦੋਂ ਤੁਹਾਡੀ ਪਾਰਟੀ ਸੀ ਉਹ ਇਹ ਇਲਜ਼ਾਮ ਲਾ ਰਹੇ, ਓਪਰੇਸ਼ਨ ਲੋਟਸ ਦਾ ਜਿਹੜਾ ਰੌਲਾ ਪਿਆ, ਮੈਨੂੰ ਲੱਗਦਾ ਵੀ ਦਰਸ਼ਕਾਂ ਨੂੰ ਯਾਦ ਆ ਜਾਣਾ, ਓਪਰੇਸ਼ਨ ਲੋਟਸ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਗਿਆ ਸੀ, ਉਹ ਲੋਟਸ ਵਾਲਾ ਓਪਰੇਸ਼ਨ ਉਹਨਾਂ ਨੇ ਚਲਾਇਆ ਸੀ ਸ਼ੀਤਲ ਉਂਗਰਾਲ ਹੋਰਾਂ ਨੇ, ਅੱਜ ਉਹ ਬੀਜੇਪੀ ਨਾਲ ਬੈਠੇ ਆ। ਮੈਂ ਸਮਝਦਾ ਵੀ ਮੈਨੂੰ ਵੀ ਯਾਦ ਆ ਵਰਡ ਸ਼ੀਤਲ ਦੇ। ਸ਼ੀਤਲ ਨੇ ਇਹ ਗੱਲ ਕਹੀ ਸੀ ਵੀ ਮੈਨੂੰ ਫੋਨ ਆਇਆ ਵੀ ਬਾਬੂ ਅਮਿਤ ਸ਼ਾਹ ਆਈ ਸੀ ਨਾ ਵਰਡ, ਸ਼ਾਇਦ ਯਾਦ ਹੈ ਮੈਨੂੰ, ਅੱਜ ਵੀ ਯਾਦ ਹੈ ਕਿਉਂਕਿ ਮੇਰੀ ਸ਼ੀਤਲ ਦੀ ਸੀਟ ਅੱਗੇ ਪਿੱਛੇ ਹੀ ਹੈ। ਤਾਂ ਸ਼ੀਤਲ ਨੇ ਗ੍ਰੀਨ ਕਲਰ ਦੀ ਜੈਕਟ ਪਾਈ ਸੀ, ਸ਼ਾਇਦ ਮੈਨੂੰ ਅੱਜ ਉਹ ਯਾਦ ਹੈ। ਕਹਿੰਦਾ ਬਾਬੂ ਅਮਿਤ ਸ਼ਾਹ ਨਾਲ ਮੀਟਿੰਗ ਕਰਾਵਾਂਗੇ, 25 ਕਰੋੜ ਰੁਪਇਆ ਦਿਆਂਗੇ, ਸਿਕਿਉਰਿਟੀ ਨਾਲ ਦਿਆਂਗੇ, ਫਿਰ ਸ਼ਾਇਦ ਕੋਈ ਨਾ ਕੋਈ ਸੈਟਿੰਗ ਤਾਂ ਹੋਈ ਹੋਊਗੀ। ਐਂ ਤਾਂ ਸ਼ੀਤਲ ਨਹੀਂ ਪਾਰਟੀ ਛੱਡਣੀ ਸੀ। ਨਹੀਂ ਪਰ ਉਦੋਂ ਸੁਨੀਲ ਜਾਖੜ ਹੋਰਾਂ ਨੇ ਕਿਹਾ ਕਿ 1-2 ਦਿਨਾਂ ਦੇ ਵਿੱਚ ਮੈਂ ਸ਼ੀਤਲ ਉਂਗਰਾਲ ਨੂੰ ਲੈ ਕੇ ਫਿਰ ਸਾਹਮਣੇ ਆਊ ਮੀਡੀਆ ਦੇ, ਤੇ ਇਹ ਵੀ ਦੱਸਾਂਗੇ ਵੀ ਜਿਹੜਾ ਅੱਜ ਤੁਸੀਂ 25-25 ਕਰੋੜ ਵਾਲਾ ਇਲਜ਼ਾਮ ਲਾ ਰਹੇ ਹੋ ਉਹ ਆਂਦੇ ਉਹ ਸ਼ੀਤਲ ਉਂਗਰਾਲ ਦੱਸੂਗਾ ਵੀ ਓਪਰੇਸ਼ਨ ਲੋਟਸ ਤੇ ਇਹ ਲਾਲਚ ਵਾਲੇ ਫੋਨਾਂ 'ਚ ਕਿੰਨਾ ਕਦਮ ਆ। ਉਹ ਕਹਿੰਦੇ ਨੇ ਕਿ ਇਹ ਵੀ ਖੁਲਾਸਾ ਕਰਾਂਗੇ। ਜਾਖੜ ਸਾਹਿਬ ਤਾਂ ਪਹਿਲਾਂ ਆਦੀ ਪੀੜ੍ਹੀ ਥੱਲੇ ਸੋਟਾ ਮਾਰ ਲੈਣਾ, 100 ਸਾਲ ਜਿਹਨਾਂ ਨੇ ਤੁਹਾਡੇ ਪੈਰ ਲਾਇਆ ਤੇ ਮਿੰਟ ਲਾਇਆ ਛੱਡਣ ਲੱਗੇ ਜੀ, ਹਾਲੇ ਤੁਹਾਨੂੰ ਆਪਦੇ ਘਰ ਦਾ ਨਹੀਂ ਪਤਾ ਤੁਹਾਡੇ ਭਤੀਜੇ ਨੇ ਜਾਣਾ ਕਿੱਧਰ ਹੈ, ਆਹ ਨੰਬਰ ਹੈ ਆਹਦਾ ਪਤਾ ਕਰਾ ਲਓ, ਇਹ ਕਰਾ ਸਕਦੇ ਆ, ਸਾਡੇ ਕੋਲ ਐਡੀ ਪਾਵਰ ਹੈ ਨਹੀਂ, ਇਹ ਸਾਰਾ ਕੁਝ ਕਰਾ ਸਕਦੇ ਆ ਸੈਂਟਰ ਗਵਰਨਮੈਂਟ, ਆਹ ਨੰਬਰ ਹੈ ਜੱਗ ਜਾਰੀ ਇਹਨਾਂ ਕੋਲ ਕੋਈ ਹੈ ਤਾਂ ਦੱਸ ਦੇਣ, ਇਹੀ ਝੂਠ ਬੋਲਦੇ ਆ। ਤੁਹਾਡੇ ਸਾਹਮਣੇ ਕਲੀਅਰ ਹੈ ਇਹਨਾਂ ਦੇ ਆਪਦੇ ਕਰਿੰਦੇ ਕਿਸੇ ਦਾ ਫੋਨ ਹੈ, ਪਰ ਜੋ ਹਾਲਾਤ ਇਹਨਾਂ ਨੇ ਬਣਾ ਤੇ ਕਿਸੇ ਨੂੰ ਡਰਾ ਕੇ, ਕਿਸੇ ਨੂੰ ਧਮਕਾ ਕੇ, ਕਿਸੇ ਨੂੰ ਪੈਸੇ ਦਾ ਲਾਲਚ ਦੇ ਕੇ, ਪਰ ਵੋਟਾਂ ਲੋਕਾਂ ਨੇ ਪਾਉਣੀਆਂ, ਬੜੀ ਜਲਦੀ ਰਿਜ਼ਲਟ ਸਾਹਮਣੇ। ਗੋਲਡੀ ਜੀ ਇੱਕ ਤੁਹਾਨੂੰ ਯਾਦ ਹੋਣਾ, ਇੱਕ ਸ਼ਿਕਾਇਤ ਦਿੱਤੀ ਸੀ ਪੰਜਾਬ ਦੇ ਡੀਜੀਪੀ ਨੂੰ ਸ਼ੀਤਲ ਉਂਗਰਾਲ ਹੋਰਾਂ ਨੇ, ਉਦੋਂ ਸਾਰੇ ਨਾਲ ਵੀ ਗਏ ਸੀ, ਉਹ ਤਾਂ ਫਿਰ ਪੜਤਾਲ ਅਜੇ ਪੰਜਾਬ ਪੁਲਿਸ ਦੇ ਕੋਲ ਪੈਂਡਿੰਗ ਪਈ ਆ, ਉਹ ਪੜਤਾਲ ਦਾ ਕੀ ਹੋਊਗਾ, ਉਹ ਪੜਤਾਲ ਹੁਣ ਹੋਊਗੀ? ਬਿਲਕੁਲ ਹੋਣੀ ਚਾਹੀਦੀ ਹੈ ਪੜਤਾਲ, ਨਾਲੇ ਪਤਾ ਲੱਗ ਜੂਗਾ ਵੀ ਕਿਸੇ ਨੇ ਝੂਠ ਬੋਲਿਆ ਕਿ ਕੀ ਗਲਤ ਕਰਿਆ। ਐਡ ਆਨ ਅਰਜੀ ਤੁਸੀਂ ਵੀ ਲਾ ਦਿਓ ਨਾਲ। ਨਹੀਂ ਬਿਲਕੁਲ ਹੁਣ ਕਰਾਂਗੇ, ਮੈਂ ਤਾਂ ਰਾਤ ਪਿੰਡਾਂ 'ਚੋਂ 10 ਵਜੇ ਲੇਟ ਆਇਆ, ਸੋ ਅੱਜ ਇੱਧਰ ਆਉਣਾ ਪੈ ਗਿਆ, ਸੋ ਇਹਦੇ ਬਾਰੇ ਬਿਲਕੁਲ ਅਸੀਂ ਇਹਦੀ ਹਾਈਕਮਾਂਡ ਨਾਲ ਗੱਲ ਕਰਾਂਗੇ ਵੀ ਆਪਾਂ ਨੂੰ ਕੀ ਕਰਨਾ ਚਾਹੀਦਾ ਹੈ। ਸ਼ਿਕਾਇਤ ਦਰਜ ਕਰਾਓਗੇ ਤੁਸੀਂ ਇੱਕ ਇਲੈਕਸ਼ਨ ਕਮਿਸ਼ਨ ਕੋਲ? ਬਿਲਕੁਲ ਕਰਨੀ ਚਾਹੀਦੀ ਹੈ। ਅੱਛਾ ਇੱਕ ਚੀਜ਼ ਸਪਸ਼ਟ ਕਰਿਓ, ਆਮ ਲੋਕ ਕੀ ਕਰਨ? ਤੁਹਾਨੂੰ ਵੀ ਉਹਨਾਂ ਲੋਕਾਂ ਨੇ ਜਿਨ੍ਹਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਹਰਾ ਕੇ ਤੁਹਾਨੂੰ ਜਿਤਾਇਆ, ਅੱਜ ਉਹ ਲੋਕ ਘਰੇ ਬੈਠੇ ਉਹ ਵੀ ਕਿਤੇ ਨਾ ਕਿਤੇ ਸੋਚੀ ਜਾਂਦੇ ਹੋਣੇ ਆ ਕਿ ਯਾਰ ਅਸੀਂ ਚੁਣ ਕੇ ਕੀ ਭੇਜਦੇ, ਬਣ ਕੀ ਜਾਂਦਾ, ਤਾਂ ਕਿੱਧਰ ਜਾਣ ਲੋਕ, ਯਕੀਨ ਕੀ ਕਰਨ ਲੀਡਰ 'ਤੇ? ਅਜੇ ਵਰਕਰ ਤਾਂ ਫਿਰ ਸਟੈਂਡ ਕਰਦਾ ਅਤੇ ਲੀਡਰ ਤਾਂ ਜਿਹੜੇ ਲੀਡਰ ਤਾਂ ਜਿੱਦਾਂ ਮੈਂ ਹੁਣ ਦੁਬਾਰਾ ਨਾਂ ਤਾਂ ਨਹੀਂ ਲੈਂਦਾ, ਐਸੇ ਐਸੇ ਲੀਡਰ ਛਾਲਾਂ ਮਾਰੀ ਜਾਂਦੇ ਜਿਨ੍ਹਾਂ ਨੂੰ ਲੈ ਕੇ ਬੰਦਾ ਇਹ ਸੋਚਦਾ ਕਿ ਯਾਰ ਇਹ ਤਾਂ ਜੰਮੇ ਹੀ ਇਸ ਪਾਰਟੀ 'ਚ, ਇਹਨੇ ਕਿੱਥੇ ਜਾਣਾ, ਵਰਕਰ ਘਰੇ ਬੈਠੇ ਆ ਅਤੇ ਲੀਡਰ ਸਾਹਿਬ ਹੋਣੀ ਦੂਜੀ ਪਾਰਟੀ। ਹੁਣ ਗੱਲਾਂ ਬਦਲ ਜਾਣਗੀਆਂ, ਜਿਹੜੀ ਮਾਂ ਪਾਰਟੀ ਲਈ ਗੱਲ ਕਹਿੰਦੇ ਸੀ ਹੁਣ ਮਾਵਾਂ ਵੀ ਬਦਲ ਗਈਆਂ ਅਤੇ ਪਾਰਟੀਆਂ ਵੀ ਬਦਲ ਗਈਆਂ, ਸੋ ਕਿਸੇ ਨੂੰ ਕੁਛ ਕਹਿਣ ਦੀ ਲੋੜ ਨਹੀਂ। ਪੰਜਾਬ ਦੇ ਲੋਕ ਡਿਵੈਲਪਮੈਂਟ, ਪੰਜਾਬ ਦੇ ਲੋਕਾਂ ਲਈ ਕੰਮ, ਪੰਜਾਬ ਦੇ ਲੋਕਾਂ ਨੂੰ ਆਪਦੀ ਸੇਫਟੀ,
ਇਹ ਤਿੰਨ ਚੀਜ਼ਾਂ ਸਭ ਤੋਂ ਅੱਗੇ ਨੇ। ਲੀਡਰਾਂ ਨੂੰ ਕੋਈ ਸਲਾਹ ਦੇਣੀ ਚਾਹੋਗੇ ਤੁਹਾਡੇ ਸਾਥੀਆਂ ਨੂੰ? ਲੀਡਰਾਂ ਨੂੰ ਇੱਕੋ ਹੀ ਸਲਾਹ ਹੈ ਵੀ ਜਿੱਥੇ ਮਰਜ਼ੀ ਚਲੇ ਜਾਓ, ਅਲਟੀਮੇਟਲੀ ਤੁਹਾਨੂੰ ਆਉਣਾ ਗਰਾਊਂਡ 'ਤੇ ਹੀ ਪੈਣਾ, ਜਵਾਬ ਤੁਹਾਨੂੰ ਲੋਕ ਦੇ ਦਿੰਦੇ।